ਵਿੱਤ ਦਿਨੀ ਕਾਮਰੇਡ ਸੁਖਦੇਵ ਸਿੰਘ ਢਾਲੀਵਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ ਅੱਜ ਉਨ੍ਹਾਂ ਦੇ ਭੋਗ ਉਪਰੰਤ ਸਨਾਤਨ ਧਰਮਸ਼ਾਲਾ ਚੈਰੀਟੇਬਲ ਹਸਪਤਾਲ ਧੂਰੀ ਵਿਖੇ ਬੂਟੇ ਵੰਡਣ ਦੀ ਰਸਮ ਅਦਾ ਕੀਤੀ ਗਈ ਇਹ ਰਸਮ ਪਰਿਵਰਤਨ ਸੰਸਥਾ ਵੱਲੋਂ ਕੀਤੀ ਗਈ ਪਰਿਵਰਤਨ ਸੰਸਥਾ ਦੇ ਅਹੁਦੇਦਾਰਾਂ ਦੇ ਵਿੱਚੋਂ ਜਸਵਿੰਦਰ ਸਿੰਘ ਧੂਰੀ ਨੇ ਬੋਲਦੇ ਆਖਿਆ ਕਿ ਅਸੀਂ ਇਹ ਪਰੰਪਰਾ ਕਾਫੀ ਸਮੇਂ ਤੋਂ ਨਿਭਾ ਰਹੇ ਹਾਂ ਇਸ ਪਰੰਪਰਾ ਤੋਂ ਇਲਾਵਾ ਅਸੀਂ ਹੋਰ ਵੀ ਲੋਕਪ੍ਰਾਈ ਦੇ ਕੰਮਾਂ ਵਿੱਚ ਬਾਤ ਝੜ ਕੇ ਯੋਗਦਾਨ ਪਾ ਰਹੇ ਹਾਂ ਸਸਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਇਸ ਵੇਲੇ ਅਸੀਂ ਖੜੇ ਆ ਤੋਰੀ ਇੱਥੇ ਇੱਕ ਭੋਗ ਸਮਾਗਮ ਰੱਖਿਆ ਹੋਇਆ ਸੀ ਇੱਥੇ ਇੱਕ ਨਵੇਕਲੀ ਜੀ ਸਾਨੂੰ ਪਹਿਲ ਦੇਖਣ ਨੂੰ ਮਿਲੀ ਹੈਗੀ ਬਹੁਤ ਵਧੀਆ ਕੋਸ਼ਿਸ਼ ਆ ਕਿ ਜਿਵੇਂ ਅਸੀਂ ਇੱਕ ਲੰਗਰ ਲਾਉਨੇ ਆ ਇਹਨਾਂ ਦੀ ਵੀ ਇੱਕ ਕੁਝ ਨੌਜਵਾਨ ਸਾਥੀ ਮੇਰੇ ਕੋਲ ਖੜੇ ਹੈਗੇ ਨੇ ਇਹਨਾਂ ਨੇ ਇੱਕ ਪੌਦਿਆਂ ਦਾ ਬੂਟਿਆਂ ਦਾ ਲੰਗਰ ਲਾਇਆ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਤੁਸੀਂ ਇਹ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਜਿਹੜੇ ਬੂਟੇ ਨੇ ਬਿਲਕੁਲ ਫਰੀ ਦੇ ਰਹੇ ਹੋ ਇਹ ਤੁਸੀਂ ਕਿਹੜੀ ਸੰਸਥਾ ਵੱਲੋਂ ਦੇ ਰਹੇ ਹੋ ਤੇ ਇਹ ਤੁਸੀਂ ਉਹਨੂੰ ਤੋਂ ਕੰਮ ਸ਼ੁਰੂ ਕੀਤਾ ਹੋਇਆ ਜੀ ਇਹ ਲਗਭਗ ਅਸੀਂ 4 ਤੋਂ 5 ਸਾਲ ਹੋ ਗਏ ਸਾਨੂੰ ਇਸੇ ਤਰ੍ਹਾਂ ਹੀ ਅਸੀਂ ਇੱਕ ਨਵੇਕਲੀ ਰੀ ਚਲਾਈ ਸੀ ਜਿੱਦਾਂ ਆਪਾਂ ਪ੍ਰਸ਼ਾਦ ਲੈਨੇ ਆ ਕਿਸੇ ਭੋਗ ਤੇ ਜਾਂਨੇ ਆ ਜੀ ਤਾਂ ਇਹ ਅਸੀਂ ਪ੍ਰਸ਼ਾਦ ਦੀ ਥੋੜੀ ਜਿਵੇਂ ਸਮਾਂ ਬਦਲ ਰਿਹਾ ਵੀ ਬੂਟਿਆਂ ਦਾ ਪ੍ਰਸ਼ਾਦ ਲੈ ਕੇ ਜਾਓ ਤਾਂ ਕਿ ਆਪਾਂ ਉਹ ਜਿਹੜੀ ਆਤਮਾ ਜਿਹੜੀ ਜਿਨ੍ਹਾਂ ਨੂੰ ਆਪਾਂ ਇੱਥੇ ਸ਼ਰਧਾਂਜਲੀ ਦੇਣਾ ਆ ਤਾਂ ਉਹਨਾਂ ਨੂੰ ਯਾਦ ਰੱਖੀਏ ਤੇ ਨਾਲੇ ਆਪਾਂ ਆਪਣੇ ਵਾਤਾਵਰਨ ਨੂੰ ਵੀ ਬਚਾ ਸਕੀਏ ਨਾਲੇ ਆਪਾਂ ਉਹ ਤੋਂ ਫਲ ਵੀ ਲੈ ਸਕੀਏ ਕੁਝ ਪਰਵਰਤਨ ਸਾਡੀ ਐਨ ਜੀਓ ਹੈ ਧੂਰੀ ਤੋਂ ਡਾਕਟਰ ਮਨਿੰਦਰ ਧਾਰੀਵਾਲ ਜਿਨ੍ਹਾਂ ਦੇ ਆਪਾਂ ਅੱਜ ਖੜੇ ਆਂ ਤੇ ਉਹ ਇਸ ਸੰਸਥਾ ਦੇ ਮੈਂਬਰ ਨੇ ਤੇ ਉਹ ਅਸੀਂ ਜਿੰਨੇ ਵੀ ਸਾਡੇ ਮੈਂਬਰ ਨੇ ਅਸੀਂ ਇਸੇ ਤਰ੍ਹਾਂ ਹੀ ਇਹਨੂੰ ਹਰ ਭੋਗ ਦੇ ਉੱਪਰ ਇਸੇ ਮਤਲਬ ਬੂਟੇ ਰੱਖ ਕੇ ਬੂਟੇ ਵੰਡ ਕੇ ਅਸੀਂ ਫ੍ਰੀ ਦੇ ਵਿੱਚ ਤਾਂ ਸ਼ਰਧਾਂਜਲੀ ਦਿੰਦੇ ਆ। ਵਾਹ ਬਾਕੀ ਅੱਛਾ ਇਹਦੇ ਤੋਂ ਇਲਾਵਾ ਹੋਰ ਤੁਹਾਡੀਆਂ ਕੀ ਗਤੀਵਿਧੀਆਂ ਰਹਿੰਦੀਆਂ ਨੇ? ਸੰਸਥਾ ਦੇ ਹੋਰ ਕਈ ਕੰਮ ਨੇ 365 ਦਿਨ ਸੰਸਥਾ ਦੇ ਕੰਮ ਚੱਲਦੇ ਨੇ ਜਿਵੇਂ ਬਲੱਡ ਕੈਂਪ ਚੱਲਦੇ ਨੇ ਤੇ ਗਰੀਬ ਲੋਕਾਂ ਦੀ ਹੈਲਪ ਕੋਈ ਬਿਮਾਰ ਹੈਗਾ ਉਹਦੀ ਹੈਲਪ ਡਾਕਟਰੀ ਆਪਣਾ ਮੈਡੀਕਲ ਕੈਂਪ ਲੱਗਦੇ ਨੇ ਤੇ ਇੱਕ ਲੋਕਾਂ ਨੂੰ ਸੋਚ ਬਦਲਣ ਲਈ ਏਮਪਾਵਰਮੈਂਟ ਪ੍ਰੋਗਰਾਮ ਅਸੀਂ ਇੱਕ ਆਰਗੇਨਾਈਜ਼ ਕਰਦੇ ਆ ਜਿਹੜਾ ਤੁਹਾਨੂੰ ਜਿਉਣ ਦੇ ਤੰਗ ਸਿਖਾਉਂਦਾ ਤਾਂ ਇਸ ਤਰ੍ਹਾਂ ਦੇ ਹੋਰ ਵੀ ਕਈ ਕੰਮ ਨੇ ਮਤਲਬ ਦੱਸਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਤੇ ਧੰਨਵਾਦ ਬਹੁਤ ਬਹੁਤ ਧੰਨਵਾਦ थैंक यू ਅੱਛਾ ਜੀ ਕੀ ਕਹਿਣਾ ਜੀ ਮੈਂ ਪਰਵਰਤਨ ਵੱਲੋਂ ਆਈ ਮੈਂਬਰ ਇਹਨਾਂ ਦਾ ਕਹੇ ਸੋਚ ਭਗਤ ਸਿੰਘ ਦੀ ਕੱਟੀ ਜਾਏ ਗਰੀਬੀ ਹੋਏ ਅਣਖਾਂ ਦੇ ਚੋਰਾਂ ਤੇ ਸਿੱਖਿਆ ਬੇਬੇ ਬਾਪੂ ਦੀ ਨਹੀਂ ਰੋਬ ਜੰਮਦੇ ਹੋਰਾਂ ਦੇ ਵਾਹਿਗੁਰੂ